ਦੁੱਧ ਸੁੱਤਾ ਦੁੱਧ ਵੀ ਨਹੀਂ ਪਹੁੰਚਿਆ, ਨਾ ਕੋਈ ਰਾਸ਼ਨ ਪਹੁੰਚਿਆ ਅਤੇ ਲੋਕ ਦੇਖੋ ਤਰਸਦੇ ਪਏ ਆ, ਘਰ ਘਰ ਵਿੱਚ ਦੇਖੋ ਕਿਵੇਂ ਲੋਕ ਕਲਪਦੇ ਪਏ ਆ। ਲੋਕਾਂ ਨਾਲ ਸਵਾਲ ਕੀਤੇ, ਲੋਕਾਂ ਨੂੰ ਪੁੱਛਿਆ ਕਿ ਇਹ ਜਿਹਾ ਰਾਸ਼ਨ ਬਣੀ ਹੈਗਾ ਕਿਉਂ ਨਹੀਂ ਆ ਰਿਹਾ। ਸਰਕਾਰ ਵੱਲੋਂ ਰਾਸ਼ਨ ਸਾਰਾ ਆਇਆ ਹੈ ਮਗਰ ਇੱਥੇ ਨਹੀਂ ਪਹੁੰਚਾਇਆ ਗਿਆ, ਨਾ ਲੋਕਾਂ ਦੇ ਕਾਰਡ ਬਣਾਏ ਨੀਲੇ, ਨਾ ਉਹਨਾਂ ਦੇ ਅਕਾਊਂਟ 'ਚ ਪੈਸਾ ਆਇਆ। ਲੋਕ ਕਲਪਦੇ ਹੋਏ ਆ, ਲੋਕ ਬਾਹਰ ਨਿਕਲੇ ਆ, ਆਹ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਲੋਕ ਇਕੱਠੇ ਹੋਏ ਆ। ਕੀ ਮੁਸ਼ਕਿਲ ਆ ਰਹੀ ਹੈ ਇਸ ਟਾਈਮ? ਸਰਕਾਰ ਦੇ ਰਾਸ਼ਨ ਦੇ ਰਹੀ ਹੈ, ਘਰ ਘਰ ਬੈਠ ਕੇ ਦਿੰਦੇ ਆ, ਘਰ ਘਰ ਸਿਲੰਡਰ ਵੀ ਆ ਰਹੇ ਆ, ਫਿਰ ਕੁਛ ਨਹੀਂ ਪਹੁੰਚਿਆ ਤੇ ਨਾ ਸਿਲੰਡਰ ਮਿਲਿਆ ਨਾ ਰਾਸ਼ਨ। ਸਰਕਾਰ ਨੇ ਜੇ ਸਭ ਕੁਝ ਭੇਜਿਆ ਹਰ ਕੋਲ ਵਿੱਚ ਪੈਸੇ ਆਣਗੇ, ਤੁਹਾਡੇ ਕੋਲ ਪੈਸੇ ਆਏ ਆ? ਅੱਛਾ, ਤੇ ਤੁਹਾਡੇ ਕੋਈ ਰਾਸ਼ਨ ਪਾਣੀ ਪਹੁੰਚਦਾ ਪਿਆ ਸਰਕਾਰ ਵੱਲੋਂ? ਕਿੰਨੇ ਘਰ ਘਰ ਬੈਠੇ ਰਾਸ਼ਨ ਦੇਵਾਂਗੇ? ਸਾਡੇ ਘਰ ਨੂੰ ਕਿਸੇ ਨੂੰ ਨਹੀਂ ਪਹੁੰਚਦਾ ਪਿਆ, ਹੁਣ ਤਾਂ ਲੰਗਰ ਵੀ ਨਹੀਂ ਪਹੁੰਚਦਾ। ਅੱਛਾ, ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਰਾਸ਼ਨ ਨਹੀਂ ਪਹੁੰਚਦਾ ਪਿਆ? 15-20 ਦਿਨ ਹੋ ਗਏ। ਹਾਂਜੀ, ਅਸੀਂ ਬਹੁਤ ਮੁਸ਼ਕਲ ਵਿੱਚ ਹੈਗੇ ਆ, ਕਿੰਨੀ ਕੁ ਮਿਹਨਤ ਕਰੀਏ ਘਰੇ ਬੈਠੇ, ਕੀ ਕਰੀਏ, ਅਸੀਂ ਕਿੱਥੋਂ ਜਾਈਏ ਰਾਸ਼ਨ ਲੈਣ? ਜੇ ਰਾਸ਼ਨ ਲੈਣ ਜਾਵਾਂਗੇ ਤਾਂ ਦੁਕਾਨਦਾਰ ਧਾਰ ਦੂੰਗਾ। ਮੋਦੀ ਉਹਦਾ ਕਹਿੰਦਾ ਮੈਂ ਗਰੀਬਾਂ ਨੂੰ ਰਾਸ਼ਨ ਦੇਣਾ, ਸਿਲੰਡਰ ਦੇਣਾ, ਕੁਛ ਵੀ ਨਹੀਂ ਆਇਆ ਗਰੀਬਾਂ ਨੂੰ, ਤੇ ਇੱਕ ਰੁਪਈਆ ਨਹੀਂ ਆਇਆ। ਉਹ ਕਹਿੰਦੇ 500 ਰੁਪਏ ਬੈਂਕ ਜੇ ਪਾਇਆ, ਮੈਂ 500 ਰੁਪਏ ਪਾਇਆ, ਜੇ ਰੱਖਿਆ ਬੰਦੇ ਆ, ਜੇ ਮਜ਼ਦੂਰੀ ਕਰਦੇ ਆ, ਸਾਡੇ ਕੁਛ ਨਹੀਂ ਆਇਆ, ਫੁਲਕਾ ਤੱਕ ਨਹੀਂ ਆਇਆ, ਲੰਗਰ ਵੀ ਲੋਕੀ ਲੈਂਦੇ, ਸਾਡੇ ਕਿਸੇ ਘਰ ਨੂੰ ਨਹੀਂ ਮਿਲਦਾ, ਬੱਚੇ ਮੰਗਦੇ ਵੀ ਤਾਂ ਵੀ ਨਹੀਂ ਦਿੰਦੇ। ਹੁਣ ਤੁਸੀਂ ਦੇਖੋ ਸਰਕਾਰ ਨੂੰ ਕੀ ਮੈਸੇਜ ਦਿਓਗੇ ਅੱਜ ਦਾ ਦਿਨ? ਅਸੀਂ ਇਹੋ ਮੈਸੇਜ ਦਿੰਦੇ ਹਾਂ ਕਿ ਸਾਡੇ ਘਰਾਂ ਵਿੱਚ ਸਾਨੂੰ ਕੁਛ ਖਾਣ ਨੂੰ ਭੇਜੋ, ਸਾਨੂੰ ਕੋਈ ਪੈਸਾ ਧੇਲਾ ਸਾਡੇ ਅਕਾਊਂਟ ਵਿੱਚ ਭੇਜੋ, ਜਿਹੜਾ ਅਸੀਂ ਰਾਸ਼ਨ ਪਾਣੀ ਚਾਹ ਪਾਣੀ ਤਾਂ ਬਣਾ ਕੇ ਪੀ ਲਈਏ। ਕਿਹੜਾ ਇਲਾਕਾ ਹੈਗਾ ਜੀ ਤੁਹਾਨੂੰ, ਕੀ ਮੁਸ਼ਕਿਲ ਆ ਰਹੀ ਹੈ ਇਸ ਟਾਈਮ? ਸਰ ਇਹ ਆ ਵੀ ਜਿੱਦਣ ਤੋਂ ਹੀ ਇਹ ਮਤਲਬ ਲੋਕਡਾਊਨ ਹੋਇਆ ਅੱਜ ਤੱਕ ਸਾਡੇ ਕਿਸੇ ਵਾਸਤੇ ਨਾ ਕਿ ਸਰਕਾਰੀ ਨੇ ਨਾ ਕਿਸੇ ਨੇ ਚਲਾਈ, ਅੱਜ ਤੱਕ ਸਾਡੇ ਕੌਂਸਲਰ ਨੇ ਸਾਨੂੰ ਸਰਕਾਰੀ ਵਾਲਾ ਕੋਈ ਨਹੀਂ ਕਿਸੇ ਜੀ ਨੂੰ ਦਿੱਤਾ ਕਿ ਨਾ ਚੁੱਪ ਕਰ ਪਿਛੋਂ ਉਧਰ ਵੇਖੋ ਸਰਕਾਰ ਨੇ ਵੀ ਕਿਹਾ ਹੈ ਕਿ ਆਪਾਂ ਰਾਸ਼ਨ ਘਰ ਘਰ ਪਹੁੰਚਾਵਾਂਗੇ, ਘਰ ਘਰ ਸਿਲੰਡਰ, ਘਰ ਘਰ ਹਰ ਚੀਜ਼ ਪਹੁੰਚੇਗੀ। ਪ੍ਰਧਾਨ ਮੰਤਰੀ ਕਿਹਾ ਕੋਲ ਵਿੱਚ ਪੈਸੇ ਵੀ ਪਾਏ ਜਾਣਗੇ, ਜਿਹਨਾਂ ਨੇ ਪਾਇਆ ਕਿਸੇ 'ਚ ਪਿਆ ਕਿਸੇ 'ਚ ਮਗਰ ਦੇਖੋ ਸਰਕਾਰ ਹੈ ਵੀ ਕਹਿੰਦੀ ਹੈ ਕਿ ਤੁਹਾਡੇ ਕੌਂਸਲਰ ਹੈਗੇ ਜੇ ਐਸ ਐਚ ਓ ਹੈਗੇ ਆ, ਉਹਨਾਂ ਨੂੰ ਜਾ ਕੇ ਕਹੋ ਕਿ ਰਾਸ਼ਨ ਘਰ ਘਰ ਪਹੁੰਚਾਉਣਗੇ। ਫੋਨ ਨੰਬਰ ਦਿੱਤੇ ਆ, ਫੋਨ ਨੰਬਰ ਦਿੱਤੇ ਆ, ਚੁੱਕਦੇ ਨਹੀਂ ਭਰਾਵਾ, ਨਹੀਂ ਕੋਈ ਚੁੱਕਦਾ, ਬਿਜੀ ਆਉਂਦੇ ਫਿਰ।
ਚੱਲ ਯਾਰ ਸਿਆਣਾ ਬੰਦਾ ਚਾਹੇ ਦੋ ਚਾਰ ਦਿਨ ਭੁੱਖਾ ਵੀ ਕੱਢ ਲੂਗਾ ਕਦੀ ਖਾ ਲਿਆ ਕਦੀ ਨਾ ਖਾ ਲਿਆ ਤੇ ਬੱਚਿਆਂ ਦਾ ਕਿੱਦਾਂ ਇਹ ਸਾਡੇ ਕਿਸੇ ਨੇ ਆਣ ਕੇ ਚੱਲ ਅੱਜ ਆਪਾਂ ਆਏ ਆ ਭੋਜਨਪੁਰੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਕੀ ਹਾਲਾਤ ਹੈ ਲੋਕਾਂ ਦੇ ਦੇਖੋ ਕਿਵੇਂ ਜਨਾਨੀਆਂ ਇਕੱਠੀਆਂ ਹੋਈਆਂ ਹੈ ਜਿਹਨਾਂ ਨੂੰ ਕੋਈ ਰਾਸ਼ਨ ਨਹੀਂ ਪਹੁੰਚਦਾ ਪਿਆ ਤਾਂ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਰਾਸ਼ਨ ਨਹੀਂ ਪਹੁੰਚਣਾ ਜਿੰਨੇ ਵੀ ਕੌਂਸਲਰ ਆਪਣੇ ਆਪਣੇ ਇਲਾਕੇ ਦੇ ਵਿੱਚ ਵੰਡੀ ਜਾਂਦੇ ਪਏ ਆ ਨਹੀਂ ਸਰਕਾਰ ਨੇ ਕਿਹਾ ਕਿ ਤੁਹਾਡੇ ਘਰ ਕੋਈ ਰਾਸ਼ਨ ਪਹੁੰਚੇਗਾ ਸਿਲੰਡਰ ਪਹੁੰਚੇਗਾ ਸਰਕਾਰ ਵੱਲੋਂ ਕੁਛ ਨਹੀਂ ਆਇਆ ਕੁਛ ਨਹੀਂ ਪਹੁੰਚਿਆ ਕੋਈ ਚੀਜ਼ ਕੌਂਸਲਰ ਕਿਹੜਾ ਜੀ ਤੁਹਾਡੇ ਕੌਂਸਲਰ ਕਿਹੜਾ ਹੈ ਜੀ ਸਾਨੂੰ ਰਾਸ਼ਨ ਪਹੁੰਚਾਣ ਨਹੀਂ ਤੇ ਫਿਰ ਭੁੱਖੇ ਤੇ ਬੱਚੇ ਤਾਂ ਵਿਲਕੁਲ ਨਹੀਂ ਡਏ ਆ ਕੋਈ ਨਾ ਕੋਈ ਤਾਂ ਸਾਨੂੰ ਭੇਜਣ ਸਰਕਾਰ ਦੇ ਕਹਿੰਦੀ ਆਪਾਂ ਸਭ ਕੁਝ ਭੇਜ ਰਹੇ ਹਾਂ ਤੇ ਕੈਪਟਨ ਸਰਕਾਰ ਨੇ ਕੀ ਕਿਹਾ ਕਿ ਆਪਾਂ ਦੇ ਕੋਈ ਕੋਣ ਵਿੱਚ ਪਾਇਆ 500 ਰੁਪਏ ਪਾਇਆ ਕੁਛ ਨਹੀਂ ਜੀ ਪਾਇਆ ਕੁਛ ਨਹੀਂ ਮਿਲਿਆ ਕੁਛ ਨਹੀਂ ਜੀ ਹਾਂਜੀ ਕੁਛ ਨਹੀਂ ਪਾਇਆ ਕੌਂਡਾਂ ਦੇ ਵਿੱਚ ਭੁੱਖੇ ਤੇ ਡੇ ਬਿਲਕੁਲ ਨਾ ਕੋਈ ਰਾਸ਼ਨ ਆ ਨਾ ਕੋਈ ਪਾਣੀ ਆ ਨਾ ਕਿਤੇ ਬਾਹਰ ਨਿਕਲਣ ਦੇਣ ਦੇ ਬੱਚਿਆਂ ਨੂੰ ਕਰਨਾ ਅੱਛੇ ਤੇ 7 ਤਰੀਕ ਦੇ ਟੈਂਪੂ ਮੁੰਡੇ ਕਿਰਾਏ ਤੇ ਵਾਹੁੰਦੇ ਆ ਉਹ ਵੀ ਅੰਦਰ ਹੀ ਲੱਗੇ ਆ ਤੇ ਖਾਈਏ ਕੀ ਅਸੀਂ ਉਦੋਂ ਜਦੋਂ ਵੋਟਾਂ ਲੈਣੀਆਂ ਉਦੋਂ ਹੱਥ ਜੋੜ ਜੋੜ ਕੇ ਆਉਂਦੇ ਭੈਣ ਜੀ ਵੋਟ ਸਾਨੂੰ ਪਾਇਓ ਭੈਣ ਜੀ ਵੋਟ ਸਾਨੂੰ ਪਾਇਓ ਤੇ ਹੁਣ ਭੈਣ ਜੀਆਂ ਕਿੱਥੇ ਜਾਣ ਹੁਣ ਵੀ ਤਾਂ ਭੈਣ ਜੀਆਂ ਬਾਰੇ ਸੋਚਣ ਨਾ ਉਹਨੂੰ ਵੀ ਸਰਕਾਰ ਨੇ ਵੀ ਇਹ ਵੀ ਕਿਹਾ ਕਿ ਤੁਸੀਂ ਇਕੱਠੇ ਨਹੀਂ ਹੋਣਾ ਘਰ ਬੈਠੋ ਆਪਾਂ ਰਾਸ਼ਨ ਪਹੁੰਚਾਵਾਂਗੇ ਕੋਈ ਰਾਸ਼ਨ ਨਹੀਂ ਪਹੁੰਚਿਆ ਫਿਰ ਇਸ ਤਰ੍ਹਾਂ ਦੇ ਭਾਜੀ ਤੁਸੀਂ ਹੁਣ ਤੂੰ ਸੁਣ ਮੈਂ ਸੁਣ ਭੁੱਖੇ ਦੇ ਇਕੱਠੇ ਤੇ ਫਿਰ ਹੋਣਾ ਹੀ ਹੈ ਕੋਈ ਨਾ ਕੋਈ ਤਾਂ ਮਸਲਾ ਹੱਲ ਹੁਣ ਬੱਚੇ ਜਿਹੜੇ ਭੁੱਖੇ ਦੇ ਕੀ ਦੇਈਏ ਉਹਨਾਂ ਨੂੰ ਦੱਸੋ ਆਪ ਤਾਂ ਭੁੱਖ ਤੇ ਜਰ ਲਾਂਗੇ ਬੱਚਿਆਂ ਨੂੰ ਕੀ ਕਰੀਏ ਤੁਹਾਨੂੰ ਕੀ ਮੁਸ਼ਕਲ ਆ ਰਹੀ ਸਾਨੂੰ ਵੀ ਭਾਜੀ ਇਹੋ ਮੁਸ਼ਕਲ ਆ ਰਹੀ ਆ ਇਹ ਨਾ ਕੋਈ ਕੰਮ ਕਾਰ ਹੈਗਾ ਨਾ ਕਦੇ ਕੁਛ ਹੀ ਤੇ ਖਾਣਾ ਕਿੱਥੋਂ ਆ ਬੰਦੇ ਸਾਡੇ ਘਰ ਬੈਠੇ ਵਿਹਲੇ ਤੇ ਰੋਟੀ ਕਿੱਥੋਂ ਖਾਣੀ ਕਰਦੇ ਭੁੱਖ ਸਤਾਉਂਦੀ ਤੇ ਬਾਹਰ ਨਿਕਲਦੇ ਆ ਦੇਖੋ ਜੀ ਅੱਜ 14 ਦਿਨ ਹੋ ਗਏ ਆ ਵੈਰਸ ਦਾ ਤੁਹਾਨੂੰ ਪਤਾ ਵੀ ਹੈਗਾ ਸਰਕਾਰ ਨੇ ਕਿਤੇ ਘਰਾਂ ਹੀ ਰੋਕ ਕੇ ਆਪਾਂ ਸਭ ਕੁਝ ਭੇਜਾਂਗੇ ਸਰਕਾਰ ਨੇ ਕੁਛ ਨਹੀਂ ਭੇਜਿਆ ਸਾਰੇ ਕੌਂਸਲਰ ਕਿਹੜਾ ਹੈਗਾ ਇੱਥੇ ਕੌਂਸਲ ਕਾਲੀਆ ਪ੍ਰਧਾਨੀ ਤੇ ਕਾਲੀਆ ਨੇ ਕੋਈ ਗਈ ਵੀ ਹੈਗੀ ਤੀ ਰਾਸ਼ਨ ਨਹੀਂ ਦਿੱਤਾ ਔਰ ਆਖਿਆ ਜਾਂਦੇ ਸੋਚਾਂਗੇ ਤੁਹਾਡੇ ਬਾਰੇ ਕੋਈ ਨਹੀਂ ਕੌਂਸਲ ਸਰਕਾਰ ਵੱਲੋਂ ਰਾਸ਼ਨ ਸਾਰਿਆਂ ਨੂੰ ਆ ਗਿਆ ਲੀਡਰਾਂ ਨੂੰ ਕਿ ਘਰ ਘਰ ਪਹੁੰਚਾਓ ਇਹ ਪਹੁੰਚਾਏ ਨਹੀਂ ਨਾ ਕੋਈ ਨਹੀਂ ਪਹੁੰਚਾਇਆ ਹਾਂ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਅਸੀਂ ਹੁਣ ਇਹੋ ਜਾਣਦੇ ਵੀ ਸਾਨੂੰ ਕੋਈ ਰਾਸ਼ਨ ਆਵੇ ਸਾਡੇ ਬੱਚੇ ਖਾਣ ਕੋਈ ਸਾਡੇ ਬੰਦੇ ਵਿਹਲੇ ਤੁਰੇ ਫਿਰਦੇ ਅਸੀਂ ਕੀ ਕਰੀਏ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਰਾਸ਼ਨ ਹੀ ਪਾਉਂਗੇ ਅਸੀਂ ਤੁਹਾਡਾ ਨਾਂ ਕੀ ਬੋਲੋ ਦੱਸੋ ਨਾਂ ਕੀ ਹੈ ਜੀ ਨਿੰਦਰ ਕੌਰ ਨਿੰਦਰ ਕੌਰ ਜੀ ਦੇਖੋ ਅੱਜ ਦੇਖੋ ਸਰਕਾਰ ਵੱਲੋਂ ਕਹਿੰਦੇ ਰਾਸ਼ਨ ਆ ਗਿਆ ਤੁਸੀਂ ਆਪਣੇ ਜਿਵੇਂ ਕੌਂਸਲਰ ਹੈਗੇ ਆ ਜਿਵੇਂ ਥਾਣੇ ਹੈਗੇ ਆ ਸੱਚ ਉਹ ਰਾਸ਼ਨ ਆ ਕੇ ਘਰ ਘਰ ਪਹੁੰਚਾਉਣਗੇ ਤੁਹਾਨੂੰ ਕਿਸੇ ਕੋਲ ਨਹੀਂ ਪਹੁੰਚਿਆ ਗਏ ਹੋ ਕਿਸੇ ਕੋਈ ਰਾਸ਼ਨ ਨਹੀਂ ਜੋ ਵੰਡਣ ਆਇਆ ਕਿੰਨੇ ਦਿਨ ਹੋ ਗਏ ਆ ਅੱਜ 20 ਦਿਨ ਪੈਦਲ ਹੋਈ ਗਏ ਜੇ ਅੱਗੇ ਦੇਖੋ ਵੱਧ ਗਿਆ ਫਿਰ ਦੁਨੀਆਂ ਕੀ ਕਰੇਗੀ ਜੇ ਅੱਗੇ ਵੱਧ ਗਿਆ ਕੀ ਕਰੇਗੀ ਦੁਨੀਆਂ ਲੋਕਡਾਊਨ ਹੋਇਆ ਅੱਜ ਤੱਕ ਸਾਡੀ ਕਿਸੇ ਵਾਰ ਨਾ ਕਿਸੇ ਸਰਕਾਰੀ ਨੇ ਨਾ ਕਿਸੇ ਦੇ ਪ੍ਰਾਈਵੇਟ ਅੱਜ ਤੱਕ ਸਾਡੇ ਕੌਂਸਲਰ ਨੇ ਸਾਨੂੰ ਜੋ ਸਰਕਾਰੀ ਮਾਲ ਆਇਆ ਉਹ ਵੀ ਨਹੀਂ ਕਿਸੇ ਚੀਜ਼ ਨੂੰ ਦਿੱਤਾ ਇੱਕ ਨਾ ਸਾਨੂੰ ਕੌਂਸਲਰ ਕੋਈ ਭੇਜਿਆ ਨਾ ਕੋਈ ਮੀਡੀਆ ਭੇਜਿਆ ਇੰਨੇ ਦਿਨ ਹੋ ਗਏ ਅੱਜ 17-18 ਦਿਨ ਹੋ ਗਿਆ ਇਹ ਵਾਇਰਸ ਫੈਲਿਆ ਹੋਇਆ ਠੀਕ ਹੈ ਸਰਕਾਰ ਨੇ ਵੀ ਕਿਹਾ ਹੈ ਕਿ ਆਪਾਂ ਰਾਸ਼ਨ ਘਰ ਘਰ ਪਹੁੰਚਾਵਾਂਗੇ ਘਰ ਘਰ ਸਿਲੰਡਰ ਘਰ ਘਰ ਹਰ ਚੀਜ਼ ਪਹੁੰਚੇਗੀ ਪ੍ਰਧਾਨ ਮੰਤਰੀ ਕਿਹਾ ਕੌਣ ਵਿੱਚ ਪੈਸੇ ਵੀ ਪਾਏ ਜਾਣਗੇ ਜਿਹਨਾਂ ਨੇ 500 ਕਹਿੰਦੇ ਪਾਇਆ ਉਹ ਪਾਇਆ ਹੋਊਗਾ ਜਿਹਨਾਂ ਦੀਆਂ ਕਾਪੀਆਂ ਬਣੀਆਂ ਵਾ ਮੋਦੀ ਵਾਲੀਆਂ ਉਹਦੇ 'ਚ ਪਿਆ ਕਿਸੇ 'ਚ ਪਿਆ ਕਿਸੇ ਦੇ 'ਚ ਨਹੀਂ ਪਿਆ ਉਹ 500 ਰੁਪਏ ਨਾਲ ਸਾਰਾ ਮੰਦਰ ਚੱਲਣ ਲੱਗਾ ਮੈਂ ਇੱਕ ਤੁਹਾਨੂੰ ਗੱਲ ਹੋਰ ਪੁੱਛਣ ਜਾਂਦਾ ਠੀਕ ਹੈ ਉਹ ਇੱਕ ਮਿੰਟ ਮਗਰ ਦੇਖੋ ਸਰਕਾਰ ਇਹ ਵੀ ਕਹਿੰਦੀ ਹੈ ਕਿ ਸਾਡੇ ਕੌਂਸਲਰ ਹੈਗੇ ਜੋ SHO ਹੈਗੇ ਆ ਉਹਨਾਂ ਨੂੰ ਜਾ ਕੇ ਕਹੋ ਕਿ ਰਾਸ਼ਨ ਘਰ ਘਰ ਪਹੁੰਚਾਉਂਦੇ ਫੋਨ ਨੰਬਰ ਦਿੱਤੇ ਆ ਜਿਹੜੇ ਫੋਨ ਨੰਬਰ ਦਿੱਤੇ ਆ ਜਿਹੜੇ ਚੁੱਕਦੇ ਨਹੀਂ ਭਰਾਵਾ ਨਹੀਂ ਕੋਈ ਚੁੱਕਦਾ ਉਹ ਬਿਜੀ ਆਉਣ ਦਾ ਸਾਰਾ ਠੀਕ ਹੈ ਥਾਣਾ ਵਾਲੀ ਗੱਲ ਲਾ ਨਹੀਂ ਚੁੱਕਿਆ ਮੈਂ ਇੱਕ ਤੁਹਾਨੂੰ ਨੀਤੀ ਗੱਲ ਕਹਿੰਦਾ ਤੁਸੀਂ ਬੰਦ ਕਰੀ ਆ
मैं प्रधान के नाते दुनिया मेरे को आई मैं उत्थे राजकुमार के पीए नूं टैलीफोन किया उन्हें मैं ये गल कही आ कि प्रधान जी जिन्हें बंदे ताडे सारे अपने कौंसल ताडा किहड़ा मैं कालजा साहब कालजा साहब तो सारे बंदे भेजो ते अपने उत्थे जाके नाल होण तुहानूं पता लोकी की कहंदे आ कि राशन सानूं कोई नहीं मिलिया मैं सारी गल हाँ जी फोन ते सुनी आ बोलो मैं इत्थे ये गल कही आ सारी दुनिया इकट्ठी हो गई आ